ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਹਨਾਂ ਦਿਨਾਂ ਦੌਰਾਨ ਅਚਨਚੇਤ ਦੌਰੇ ਕਰ ਰਹੇ ਆ, ਕਦੇ ਉਹ ਸਕੂਲ 'ਚ ਜਾਂਦੇ ਨੇ, ਕਦੇ ਉਹ ਤਹਿਸੀਲਾਂ ਦੇ ਵਿੱਚ ਜਾਂਦੇ ਨੇ। ਬਹੁਤ ਚੰਗੀ ਗੱਲ ਹੈ, ਮੁੱਖ ਮੰਤਰੀ ਜਦੋਂ ਖੁਦ ਜ਼ਮੀਨ 'ਤੇ ਉਤਰ ਕੇ ਕੰਮ ਕਰਦਾ ਹੈ ਤਾਂ ਬਹੁਤ ਅਸਰ ਪੈਂਦਾ ਇਸ ਗੱਲ ਦਾ, ਬਹੁਤ ਵਧੀਆ ਕੰਮ ਉਹ ਕਰ ਰਹੇ ਨੇ। ਪਰ ਜਿਹੜਾ ਉਹਨਾਂ ਦੇ ਨਾਲ ਮੀਡੀਆ ਆਉਂਦਾ ਚੰਡੀਗੜ੍ਹ ਦੇ ਉੱਤੋਂ, ਉਹਦੇ 'ਤੇ ਇੱਕ ਸਵਾਲ ਹੈ। ਪੰਜਾਬ ਮਾਨ ਸਾਹਿਬ ਬਹੁਤ ਸੋਹਣਾ ਕੰਮ ਕਰ ਰਹੇ ਨੇ, ਉਹ ਚੰਗੀ ਗੱਲ ਆ, ਉਹਨਾਂ ਨੂੰ ਕਰਨਾ ਵੀ ਚਾਹੀਦਾ। ਪਰ ਜਿਹੜਾ ਨਾਲ ਮੀਡੀਆ ਆਉਂਦਾ, ਪਹਿਲੀ ਗੱਲ ਤਾਂ ਇਹ ਸਵਾਲ ਹੈ ਕਿ ਮਾਨ ਸਾਹਿਬ ਮੀਡੀਆ ਚੰਡੀਗੜ੍ਹ ਤੋਂ ਨਾਲ ਹੀ ਲੈ ਕੇ ਆਉਂਦੇ ਨੇ, ਕਿਉਂਕਿ ਜਿੰਨੇ ਵੀ ਪੱਤਰਕਾਰ ਜਦੋਂ ਮਾਨ ਸਾਹਿਬ ਆਉਂਦੇ ਨੇ, ਜਿਹੜੇ ਵੱਡੇ ਚੈਨਲਾਂ ਦੇ ਪੱਤਰਕਾਰ ਹੈ, ਉਹੀ ਹੁੰਦੇ ਨੇ ਜੋ ਚੰਡੀਗੜ੍ਹ ਕੰਮ ਕਰਦੇ ਨੇ। ਲੋਕਲ ਪੱਤਰਕਾਰ ਨੂੰ ਨੇੜੇ ਨਹੀਂ ਆਉਣ ਦਿੱਤਾ ਜਾਂਦਾ। ਪਰ ਮੀਡੀਆ ਆ ਕੇ ਕੀ ਆਪਣੀ ਡਿਊਟੀ ਨਿਭਾਉਂਦਾ? ਮਾਨ ਸਾਹਿਬ ਸਕੂਲ 'ਚ ਗਏ, ਮੀਡੀਆ ਉਹਨਾਂ ਨੂੰ ਸਵਾਲ ਕੀ ਕਰ ਰਿਹਾ? ਜੀ ਬੱਚੇ ਤੁਹਾਨੂੰ ਮਿਲ ਕੇ ਕਿੰਨੇ ਖੁਸ਼ ਹੋਏ? ਜੀ ਟੀਚਰ ਤੁਹਾਨੂੰ ਮਿਲ ਕੇ ਕਿੰਨੇ ਖੁਸ਼ ਹੋਏ? ਜੀ ਮਾਨ ਸਾਹਿਬ ਤੁਸੀਂ ਜ਼ਮੀਨ 'ਤੇ ਉਤਰੇ ਜੀ, ਕਿੰਨਾ ਚੰਗਾ ਕੰਮ ਹੈ। ਮੀਡੀਆ ਇਸ ਤਰੀਕੇ ਨਾਲ ਸਵਾਲ ਕਰ ਰਿਹਾ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੋਦੀ ਮੀਡੀਆ ਸਵਾਲ ਕਰਦਾ ਹੁੰਦਾ, ਜਾਂ ਅਕਸ਼ੇ ਕੁਮਾਰ ਨੇ ਇੱਕ ਇੰਟਰਵਿਊ 'ਚ ਸਵਾਲ ਕੀਤੇ ਸੀ, ਜੀ ਤੁਸੀਂ ਅੰਬ ਖਾ ਲੈਂਦੇ ਹੋ ਜੀ, ਅੰਬ ਤੁਹਾਨੂੰ ਕਿੰਨੇ ਕੁ ਵਧੀਆ ਲੱਗਦੇ ਹੈ। ਜਾਂ ਗੋਦੀ ਮੀਡੀਆ ਇਹ ਸਵਾਲ ਕਰਦਾ ਕਿ ਇੰਨੀ ਉਮਰ 'ਚ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਇੰਨਾ ਕੰਮ ਕਿਵੇਂ ਕਰ ਲੈਂਦੇ ਹੋ, ਪ੍ਰਧਾਨ ਮੰਤਰੀ ਸਾਹਿਬ ਤੁਹਾਡੇ 'ਚ ਇੰਨੀ એનર્ਜੀ ਕਿਵੇਂ ਆਉਂਦੀ ਹੈ? ਮਤਲਬ ਜਿਹੜਾ ਮੀਡੀਆ ਦਾ ਅਸਲ ਸਵਾਲ ਹੈ, ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਜੀ ਜਿਹੜੀ ਤਹਿਸੀਲ ਤੁਸੀਂ ਅੱਜ ਗੇੜਾ ਮਾਰਨ ਆਏ ਹੋ, ਇਹਦੇ ਮੁਲਾਜ਼ਮ ਤਾਂ ਹੜਤਾਲ 'ਤੇ ਨੇ, ਲੋਕਾਂ ਦੇ ਤਾਂ ਕੰਮ ਨਹੀਂ ਹੋ ਰਹੇ, ਦੋ ਦਿਨ ਦੀ ਉਹ ਸਮੂਹ ਛੁੱਟੀ 'ਤੇ ਗਏ ਹੋਏ ਨੇ, ਉਹ ਸਵਾਲ ਕਿਉਂ ਨਹੀਂ ਕੀਤਾ? ਫਿਰ ਜਿਹੜੇ ਸਕੂਲ 'ਚ ਗਏ ਹੋ, ਇੱਕ ਸਕੂਲ ਦੇ ਵਿੱਚ ਛੱਡੋ, ਪੂਰੇ ਸਕੂਲਾਂ ਦਾ ਹਾਲ ਪੁੱਛੋ। ਮਾਨ ਸਾਹਿਬ ਕਈ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ ਹੈ ਜੀ, ਉਹਨਾਂ ਵਾਸਤੇ ਕੀ ਕਰ ਰਹੇ ਹੋ? ਮਾਨ ਸਾਹਿਬ ਤੁਸੀਂ ਜ਼ਮੀਨੀ ਹਕੀਕਤ 'ਤੇ ਆਪ ਤੁਰੇ ਫਿਰਦੇ ਹੋ, ਤੁਹਾਡੇ 92 MLA ਕੀ ਕਰ ਰਹੇ ਹੈ, ਤੁਹਾਡੇ ਮੰਤਰੀ ਕੀ ਕਰ ਰਹੇ ਹੈ, ਉਹ ਕਿਉਂ ਨਹੀਂ ਸਵਾਲ ਕੀਤਾ? ਤੁਸੀਂ ਸਵਾਲ ਕਰੋ ਮਾਨ ਸਾਹਿਬ, ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮ ਹੜਤਾਲ 'ਤੇ ਗਏ, ਉਹਨਾਂ ਦੀਆਂ ਮੰਗਾਂ ਕਦੋਂ ਮੰਨੀਆਂ ਜਾਣਗੀਆਂ? ਦੁਬਾਰਾ ਲੋਕਾਂ ਦੇ ਕੰਮ ਕਦੋਂ ਚਾਲੂ ਹੋਣਗੇ? ਤੁਸੀਂ ਸਵਾਲ ਕਰੋ ਮਾਨ ਸਾਹਿਬ, ਜਿਹੜੀ ਤੁਸੀਂ ਸਰਕਾਰ ਤੁਹਾਡੇ ਦੁਆਰ ਯੋਜਨਾ ਸ਼ੁਰੂ ਕੀਤੀ ਹੈ, ਉਹ 'ਤੇ 120 ਰੁਪਏ ਕਿਉਂ ਲੱਗਦੇ ਹੈ? ਉਹਦਾ ਫੋਨ ਸਧਾਰਨ ਜਿਹੜਾ ਪੈਕ ਹੁੰਦਾ, ਉਹਦੇ ਤੋਂ ਕਿਉਂ ਨਹੀਂ ਲੱਗਦਾ? ਸਪੈਸ਼ਲ ਪੈਸੇ ਕਿਉਂ ਪਾਉਣੇ ਪੈਂਦੇ ਆ? ਟੋਲ ਫਰੀ ਕਿਉਂ ਨਹੀਂ ਆ ਉਹ ਫੋਨ? ਇਹ ਸਵਾਲ ਕਰੋ, ਇਹ ਸਵਾਲ ਨੇ ਮੀਡੀਆ ਦੇ। ਸਵਾਲ ਇਹ ਕਰੋ ਕਿ ਮਾਨ ਸਾਹਿਬ ਜਿਹੜੀ ਜ਼ਮੀਨੀ ਆ ਕੇ ਤੁਸੀਂ ਇਸ ਤਰੀਕੇ ਨਾਲ ਚੰਚੇ ਦੌਰੇ ਕਰਦੇ ਹੋ, ਇਹ ਹੁਣ ਇਲੈਕਸ਼ਨਾਂ ਨੇੜੇ ਕਿਉਂ ਹੈ? ਪਹਿਲਾਂ ਕਿਉਂ ਨਹੀਂ ਕੀਤੇ ਗਏ? ਜੇ ਪਹਿਲਾਂ ਇੱਕ ਦੋ ਕੀਤੇ ਗਏ ਹੈ ਤਾਂ ਉਹ ਵੱਖਰੀ ਗੱਲ ਹੈ, ਪਰ ਬਹੁਤੇ ਕਿਉਂ ਨਹੀਂ ਕੀਤੇ ਗਏ? ਇਹ ਸਵਾਲ ਤਾਂ ਕਿਸੇ ਨੇ ਕੀਤਾ ਹੀ ਨਹੀਂ। ਬਾਕੀ ਸਵਾਲ ਪੰਜਾਬ ਦੇ ਬਹੁਤ ਹੈ, ਪੰਜਾਬ ਦੇ ਪਾਣੀਆਂ ਦਾ, ਪੰਜਾਬ ਦੇ ਨਸ਼ਿਆਂ ਦਾ, ਪੰਜਾਬ ਵਿੱਚ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਿਸੇ ਨੇ ਸਵਾਲ ਕੀਤਾ? ਮਾਨ ਸਾਹਿਬ ਨੂੰ ਪੁੱਛਣਾ, ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਹ 'ਤੇ ਚੱਲਦਿਆਂ ਹੋਇਆ ਮੁੱਖ ਮੰਤਰੀ ਵੀ ਪ੍ਰੈਸ ਕਾਨਫਰੰਸ ਨਹੀਂ ਕਰ ਰਹੇ ਉਸ ਤਰੀਕੇ ਨਾਲ ਜਿਵੇਂ ਉਹ ਨਹੀਂ ਕਰ ਰਹੇ, ਸਿਰਫ ਉਹ ਚੈਨਲ ਬਿਠਾ ਲਏ ਜਾਂਦੇ ਆ ਜਿਹੜੇ ਚੈਨਲ ਸਰਕਾਰ ਦੀ ਭਾਸ਼ਾ ਬੋਲਦੇ ਆ, ਜਿਹੜੇ ਪੰਜਾਬ ਦਾ ਗੋਦੀ ਮੀਡੀਆ ਉਹਨੂੰ ਬਿਠਾ ਲਿਆ ਜਾਂਦਾ। ਸਵਾਲ ਬਹੁਤ ਨੇ ਪੰਜਾਬ ਦੇ, ਪੰਜਾਬ ਦੀ ਜਨਤਾ ਦੇ ਸਵਾਲ ਬਹੁਤ ਨੇ ਕਿ ਮਾਨ ਸਾਹਿਬ ਇਸ਼ਤਿਹਾਰ ਇੰਨੇ ਲੱਗ ਜਾਂਦੇ ਆ, ਕੰਮ ਕਿਉਂ ਨਹੀਂ ਹੁੰਦਾ? ਇਸ਼ਤਿਹਾਰ ਇਹ ਲੱਗ ਗਏ ਕਿ ਤੀਰਥ ਯਾਤਰਾ, ਜਦ ਅਸੀਂ ਫੋਟੋਆਂ 'ਤੇ ਦੂਜਿਆਂ ਨੂੰ ਨਿੰਦੇ ਰਹੇ ਹਾਂ ਤਾਂ ਅੱਜ ਮਾਨ ਸਾਹਿਬ ਤੁਹਾਡੀ ਫੋਟੋ ਕਿਉਂ ਲੱਗੀ ਹੈ? ਪਰ ਮੀਡੀਆ ਨੇ ਇਹ ਸਵਾਲ ਕਰਨ ਦੀ ਬਜਾਏ ਉਹ ਸਵਾਲ ਕਰ ਰਿਹਾ ਜਿਹੜੇ ਪੰਜਾਬ ਦੇ ਲੋਕਾਂ ਦੇ ਸਵਾਲ ਹੀ ਹੈਣੀ। ਮੁੱਖ ਮੰਤਰੀ ਜ਼ਮੀਨ ਪੱਧਰ 'ਤੇ ਆ ਗਿਆ, ਉਹ ਤਾਂ ਲੋਕਾਂ ਨੇ ਦੇਖ ਹੀ ਲਿਆ, ਫਿਰ ਤੁਹਾਡੇ ਸਵਾਲ ਪੁੱਛਣ ਦਾ ਢੰਗ ਤਾਂ ਕੋਈ ਹੋਵੇ? ਲੋਕਾਂ ਨੇ ਮੀਡੀਆ ਤੋਂ ਇਹ ਉਮੀਦ ਲਾਉਣੀ ਹੁੰਦੀ ਹੈ ਕਿ ਉਹ ਸਰਕਾਰ ਨੂੰ ਲੋਕਾਂ ਦੀ ਕਚਹਿਰੀ 'ਚ ਖੜ੍ਹਾ ਕਰਕੇ ਲੋਕਾਂ ਦੇ ਬਣਦੇ ਮੁੱਦਿਆਂ ਦੇ ਸਵਾਲ ਸਰਕਾਰ ਤੋਂ ਕਰੇ। ਤੁਹਾਡੇ MLA ਰੇਤਿਆਂ 'ਤੇ ਕਬਜ਼ਾ ਕਰ ਰਹੇ ਆ, ਤੁਹਾਡੇ MLA ਵੱਖੋ ਵੱਖਰੇ ਤਰੀਕਿਆਂ ਨਾਲ ਦਬਕੇ ਮਰਵਾ ਰਹੇ ਆ, ਵੱਖੋ ਵੱਖਰੇ ਤਰੀਕਿਆਂ ਨਾਲ ਕਬਜ਼ੇ ਕਰ ਰਹੇ ਆ, ਉਹਨਾਂ 'ਤੇ ਸਵਾਲ ਕਰਿਆ ਨਹੀਂ ਕੀਤਾ? ਇੱਥੋਂ ਤੱਕ ਵੀ ਇਹ ਗੱਲ ਹੈ ਕਿ ਸਵਾਲ ਵੀ ਲਿਖੇ ਵੀ ਆ ਰਹੇ ਆ, ਇਹ ਚਰਚਾ ਵੀ ਚੱਲ ਰਹੀ ਹੈ ਕਿ PR ਆਉਂਦਾ ਉਹ ਬਸ ਬੋਲਣਾ ਹੁੰਦਾ ਇਕੱਲਾ। ਸੋ ਇਸ ਕਰਕੇ ਮੀਡੀਆ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਅਦਾ ਕਰਨੀ ਚਾਹੀਦੀ ਹੈ। ਜੇ ਨਾਲ ਤੁਰੇ ਹੋ ਜਾਂ ਮਾਨ ਸਾਹਿਬ ਖੁੱਲ੍ਹਾ ਸੱਦਾ ਦੇ ਕੇ ਆਉਣ, ਕਿਸੇ ਤਹਿਸੀਲ ਦੇ ਵਿੱਚ ਅਸੀਂ ਵੀ ਆ ਜਾਈਏ ਜੇ ਸਾਨੂੰ ਨੇੜੇ ਲੱਗਣ ਦਿੱਤਾ ਜਾਵੇ, ਪੰਜਾਬ ਦੇ ਲੋਕਾਂ ਦੇ ਸਵਾਲ ਤਾਂ ਕਰੀਏ, ਨਾਲੇ ਅਸੀਂ ਵੀ ਦੇਖੀਏ ਕਿ ਮਾਨ ਸਾਹਿਬ ਜ਼ਮੀਨੀ ਪੱਧਰ 'ਤੇ ਆਉਂਦੇ, ਸਾਨੂੰ ਵੀ ਖੁਸ਼ੀ ਹੋਵੇ ਕਿ ਸਾਡੇ ਮੁੱਖ ਮੰਤਰੀ ਸਾਹਿਬ ਆ ਰਹੇ ਹੈ।
ਸੋ ਮੀਡੀਆ ਇੱਥੇ ਮਾਨ ਸਾਹਿਬ ਰੋਲ ਚੰਗਾ ਅਦਾ ਕਰ ਰਹੇ ਨੇ ਜ਼ਮੀਨੀ ਪੱਧਰ 'ਤੇ ਉੱਤਰ ਕੇ, ਪਰ ਮੀਡੀਆ ਆਪਣਾ ਰੋਲ ਨਾ ਅਦਾ ਕਰਕੇ ਚਮਚਾਗਿਰੀ ਕਰਦਾ, ਉਹ ਕਿਤੇ ਨਾ ਕਿਤੇ ਲੋਕਾਂ ਦੀ ਕਟਹਿਰੇ ਦੇ ਵਿੱਚ ਖੜ੍ਹਾ, ਅਤੇ ਲੋਕਾਂ ਨੂੰ ਵੀ ਪਤਾ ਹੈ ਕਿ ਹੁਣ ਉਸ ਮੀਡੀਆ ਦਾ ਹਾਲ ਕੀ ਹੈ। ਸੋ ਇਸ ਕਰਕੇ ਮੀਡੀਆ ਆਪਣੀ ਡਿਊਟੀ ਤੋਂ ਨਾ ਭੱਜੇ, ਤੁਸੀਂ ਮਾਨ ਸਾਹਿਬ ਦੇ ਨਾਲ ਆਓ, ਨਾਲ ਬੈਠੋ, ਪਰ ਸਵਾਲ ਉਹ ਕਰੋ ਜਿਹੜੇ ਲੋਕਾਂ ਦੇ ਹੈ, ਪ੍ਰਮੋਸ਼ਨ ਵਾਲੇ ਸਵਾਲ ਨਾ ਕੀਤੇ ਜਾਣ।